ओम शांति 25 सितंबर 2021 बाबा दी साकार मुरली बाबा ने किया मीठे बच्चे तुहाडा हुना ईश्वरीय न्यू ब्लड है ਤੁਹਾਨੂੰ ਬੜੀ ਮਸਤੀ ਨਾਲ ਲਵ ਪਾਸ਼ਨ ਕਰਨਾ ਚਾਹੀਦਾ ਨਸ਼ਾ ਰਵੇ ਕਿਸੇ बाबा ਸਾਨੂੰ ਪੜਾ ਰਿਹਾ ਹੈ बाबा ਕਹਿੰਦੇ ਬੱਚੇ ਹੁਣ ਤੁਹਾਡਾ ਕੀ ਹੈ ਈਸ਼ਵਰੀਏ ਨਿਊ ਬਲੱਡ ਹੈ ਤੇ ਤੁਹਾਨੂੰ ਬੜੀ ਮਸਤੀ ਨਾਲ 바ਵਾ ਕਹਿੰਦੇ ਭਾਸ਼ਨ ਕਰਨਾ ਚਾਹੀਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਹਾਨੂੰ ਨਸ਼ਾ ਰਹਿਣਾ ਚਾਹੀਦਾ ਹੈ ਕਿ ਭਗਵਾਨ ਸਾਨੂੰ ਸ਼ਿ巴巴 ਪੜਾ ਰਹੇ ਨੇ ਫਿਰ ਪ੍ਰਸ਼ਨ ਹੈ ਤੁਸੀਂ ਆਪਦੀ ਏਮ ਆਬਜੈਕਟ ਦਾ ਨਸ਼ਾ ਸਥਾਈ ਬਨਿਆ ਰਹੇ ਉਸਦੇ ਲਈ ਕਿਹੜੀ ਯੁਕਤੀ ਅਪਣਾਓ ਹੂੰ 바ਵਾ ਕਹਿੰਦੇ ਵੀ ਤੁਹਾਨੂੰ ਆਪਦੀ ਏਮ ਆਬਜੈਕਟ ਏਮ ਆਬਜੈਕਟ ਕੀ ਹੈ ਨਰ ਤੋਂ ਨਰੈਨ ਬਣਨ ਦੀ ਤੇ 바ਵਾ ਕਹਿੰਦੇ ਵੀ ਤੁਹਾਡਾ ਜਿਹੜਾ ਇਹ ਨਸ਼ਾ ਹੈਗਾ ਵੀ ਇਹ ਸਥਾਈ ਬੰਨਿਆ ਰਹੇ ਤਾਂ ਉਹਦੀ ਯੁਕਤੀ ਕੀ ਹੈ ਕਿਉਂਕਿ ਕਈ ਬੱਚਿਆਂ ਨੂੰ ਚੱਲਦੇ ਚੱਲਦੇ ਕੀ ਹੋ ਜਾਂਦਾ ਨਸ਼ਾ ਉੱਤਰ ਜਾਂਦਾ ਹੈ ਪਰ ਫਿਰ ਵੀ ਭਗਵਾਨ ਤਾਂ ਆਪਦੇ ਬੱਚਿਆਂ ਨੂੰ ਨਸ਼ਾ ਚੜਾਉਂਦੇ ਹੈ ਭਗਵਾਨ ਕੀ ਦੱਸਦੇ ਹੈ ਉੱਤਰ ਹੈ ਆਵਦਾ ਰਾਜਾਈ ਪਾਸਪੋਰਟ ਨੀ ਕਾਲ ਕੇ ਰੱਖੋ 바ਵਾ ਕਹਿੰਦੇ ਰਾਜਾਈ ਪਾਸਪੋਰਟ ਦਾ ਮਤਲਬ ਕੀ ਹੈ ਕਿ ਆਪਾਂ ਇੱਕ ਦਿਨ ਦੇਵਤਾਈ ਡਰੈਸ ਪਾ ਕੇ ਸੁੰਦਰ ਜੀ ਡਰੈਸ ਪਾ ਕੇ ਤੇ ਸਿਰ ਤੇ ਤਾਜ ਲਗਾ ਕੇ ਵੀ ਆਪ ਦੀ ਇੱਕ ਫੋਟੋ ਕੱਢ ਕੇ ਰੱਖੀਏ ਤੇ ਉਹ ਫੋਟੋ ਨੂੰ ਆਪਾਂ ਸਦਾ ਵੇਖਦੇ ਰਹੀਏ ਕਿ ਅਸੀਂ ਕੀ ਬਨਣ ਵਾਲੇ ਹੈਗੇ ਆ ਵੀ ਸਤਿਯੁਗ ਦੇ ਪ੍ਰਿੰਸ ਤੇ ਮਹਾਰਾਜਾ ਮਹਾਰਾਣੀ ਬਨਣ ਵਾਲੇ ਆ 바ਵਾ ਕਹਿੰਦੇ ਵੀ ਤੁਸੀਂ ਉਹਨੂੰ ਵੇਖਦੇ ਰਹੋ नीचे साधारण चित्र ऊपर राजाई पोशाक ਨਾਲ सजਿਆ ਸਜਾਇਆ ਤੇ ਉਹਦੇ ਉੱਪਰ ਛੇ 바ਵਾ ਤਾਂ ਇਹ ਮਬਜੈਕਟ ਦੀ ਸਮ੍ਰਿਤੀ ਸਜ ਰਹੂਗੀ ਪੋਕਟ ਵਿੱਚ ਇਹ ਪਾਸਪੋਰਟ ਪਿਆ ਰਵੇ 바ਵਾ ਗੰਦੇ ਤੁਹਾਡਾ ਇਹ ਹੀ ਪਾਸਪੋਰਟ ਹੈ ਮਨਨ ਕਿ ਜਿਵੇਂ ਦੁਨੀਆ ਵਿੱਚ ਪਾਸਪੋਰਟ ਬਣਾਉਂਦੇ ਨੇ ਵਿਦੇਸ਼ ਚ ਜਾਣ ਦਾ ਤਾਂ ਆਪਣਾ ਪਾਸਪੋਰਟ ਹੈਗਾ ਸਤਯੁਗੀ ਦੁਨੀਆ ਚ ਜਾਣਦਾ ਤਾਂ ਪਵ ਕਹਿੰਦੇ ਵੀ ਇਹ ਸਦਾ ਤੁਹਾਡੀ ਜੇਬ ਵਿੱਚ ਰਹਿਣਾ ਚਾਹੀਦਾ ਵੀ ਜਦੋਂ ਵੀ ਤੁਸੀਂ ਇਹਨੂੰ ਵੇਖੋ ਤਾਂ ਤੁਹਾਨੂੰ ਆਪਦੀ ਰਾਜਾਈ ਦਾ ਨਸ਼ਾ ਰਹੇ ਕਦੇ ਵੀ ਜਦੋਂ ਕਦੇ ਮਾਇਆ ਦੇ ਤੂਫਾਨ ਆਣਗੇ ਤਾਂ ਖਿਆਲ ਚੱਲੇਗਾ ਨਾ ਕਿ ਕਿਤੇ ਸਾਡਾ ਇਹ ਪਾਸਪੋਰਟ ਕੈਨਸਲ ਨਾ ਹੋ ਜਾਏ ਅਸੀਂ ਸਵਰਗ ਵਿੱਚ ਜਾ ਨਹੀਂ ਸਕਾਂਗੇ ਵੀ ਜਦੋਂ ਵੀ ਕਦੇ ਮਾਇਆ ਆਵੇ ਤਾਂ ਅਸੀਂ ਇਹ ਸੋਚੀਏ ਵੀ ਸਾਡਾ ਜਿਹੜਾ ਸਤਿ ਉਕਤ ਜਾਨ ਦਾ ਪਾਸਪੋਰਟ ਆਪਾਂ ਬਣਾਇਆ ਹੈਗਾ ਵੀ ਇਹ ਕਿਤੇ ਕੈਨਸਲ ਨਾ ਹੋ ਜਾਵੇ ਗੀਤ ਹੈ ਰਾਤ ਕੇ ਰਾਹੀ ਥਕਮਤ ਜਾਣਾ ਸੁਬਾਹ ਕੀ ਮੰਜ਼ਿਲ ਦੂਰ ਨਹੀਂ ਹੈ ਭਗਵਾਨ ਕਹਿੰਦੇ ਹੈ ਇਹ ਕਲਯੁਗ ਕੀ ਇਹ ਗੀਤ ਰਾਤ ਹੈ ਤੇ ਤੁਹਾਡੀ ਜਿਹੜੀ ਸੁਬਾਹ ਦੀ ਮੰਜ਼ਿਲ ਹੈ ਵੀ ਇਹ ਹੁਣ ਦੂਰ ਨਹੀਂ ਪਰ ਤੁਸੀਂ ਕਿਤੇ ਮਾਇਆ ਤੋਂ ਥੱਕ ਕੇ ਬੈਠ ਨਹੀਂ ਜਾਓ ਓਮ ਸ਼ਾਂਤੀ ਬੱਚਿਆਂ ਨੇ ਇਸ ਗੀਤ ਦਾ ਅਰਥ ਸਮਝਿਆ ਹੁਣ ਭਗਤੀ ਮਾਰਗ ਦੇ ਘੋਰ ਅੰਧਿਆਰੇ ਦੀ ਰਾਤ ਪੂਰੀ ਹੋਈ ਬਾਵਾ ਬੱਚਿਆਂ ਨੂੰ ਕੀ ਦੱਸਦੇ ਐ ਵੀ ਜਿਹੜਾ ਭਗਤੀ ਮਾਰਗ ਐ ਇਹ ਕੀ ਐ ਘੋਰ ਅੰਧਿਆਰਾ ਨੇ ਐਦੀ ਰਾਤ ਕੀ ਹੋ ਗਈ ਹੁਣ ਪੂਰੀ ਹੋ ਗਈ ਬੱਚੇ ਜਾਣਦੇ ਨੇ ਹੁਣ ਸਾਡੇ ਕੋਲ ਕਾਲ ਨਹੀਂ ਆ ਸਕਦਾ ਅਸੀਂ ਬੈਠੇ ਆ ਤਾਂ ਸਾਡੀ ਏਮਬਜੈਕਟ ਹੈ ਮਨੁष्य ਤੋਂ ਦੇਵਤਾ ਬਨੰਦੇ ਜਿਵੇਂ ਸੰਿਆਸੀ ਲੋਕ ਕਹਿੰਦੇ ਨੇ ਕਿ ਆਪਦੇ ਨੂੰ ਭੈਸ ਸਮਝੋ ਤਾਂ ਉਹ ਰੂਪ ਹੋ ਜਾਏਗਾ ਇਹ ਸਭ ਨੇ ਭਗਤੀ ਮਾਰਗ ਦੇ ਦ੍ਰਿਸ਼ਟਾਂਤ ਜਿਵੇਂ ਇਹ ਵੀ ਇੱਕ ਦ੍ਰਿਸ਼ਟਾਂਤ ਹੈ ਨਾ ਕਿ ਰਾਮ ਨੇ ਬੰਦਰਾਂ ਦੀ ਸੇਨਾ ਲਈਤੀ ਤੇ ਰਾਵਨ ਉੱਤੇ ਜਿੱਤ ਪ੍ਰਾਪਤ ਕੀਤੀ ਤੁਸੀਂ ਇੱਥੇ ਬੈਠੇ ਜਾਣਦੇ ਹੋ ਕਿ ਅਸੀ ਸੋ ਦੇਵੀ ਦੇਵਤਾ ਡਬਲ ਸਿਰ ਤਾਜ ਬਨਾਂਗੇ ਜਿਵੇਂ ਸਕੂਲ ਵਿੱਚ ਪੜ੍ਹਦੇ ਹਾਂ ਤਾਂ ਕਹਿੰਦੀ ਆ ਨਾ ਕਿ ਮੈਂ ਇਹ ਪੜ੍ਹ ਕੇ ਡਾਕਟਰ ਬਨਾਂਗਾ ਇੰਜੀਨੀਅਰ ਬਨਾਂਗਾ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪੜ੍ਹਾਈ ਨਾਲ ਸੋ ਦੇਵੀ ਦੇਵਤਾ ਬਣ ਰਹੇ ਹਾਂ ਅਸੀਂ ਇਹ ਸਰੀਰ ਛੱਡਾਂਗੇ ਤੇ ਸਾਡੇ ਸਿਰ ਉੱਤੇ ਤਾਜ ਹੋਏਗਾ ਇਹ ਬਹੁਤ ਗੰਦੀ 바ਵਾ ਕਹਿੰਦੇ ਛੀ ਛੀ ਦੁਨੀਆ ਨੇ نئی ਦੁਨੀਆ ਨੇ ਫਰਸਟ ਕਲਾਸ ਦੁਨੀਆ ਪੁਰਾਣੀ ਦੁਨੀਆ ਨੇ ਬਿਲਕੁਲ ਥਰਡ ਕਲਾਸ ਇਹ ਦੁਨੀਆ ਤਾਂ ਖਲਾਸ ਹੋਣ ਵਾਲੀ ਹੈ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਵਾਲਾ ਜ਼ਰੂਰ ਵਿਸ਼ਵ ਦਾ ਰਚਿਤਾ ਹੀ ਹੋਏਗਾ ਦੂਸਰਾ ਤਾਂ ਕੋਈ ਪੜ੍ਹਾਈ ਨਾ ਸਕੇ ਸ਼ਿਬਾਬਾਬਾ ਹੀ ਸਾਨੂੰ ਪੜ੍ਹਾ ਕੇ ਰਾਯੋਗ ਸਿਖਲਾਉਂਦੇ ਨੇ ਬਾਬਾ ਨੇ ਸਮਝਾਇਆ ਨੇ ਕਿ ਆਤਮ ਅਭਿਮਾਨੀ ਬਣੋ ਆਤਮ ਅਭਿਮਾਨੀ ਬਨਨ ਵਿੱਚ ਹੀ ਮਿਹਨਤ ਹੈ ਪੂਰਾ ਆਤਮ-ਅਭਿਮਾਨੀ ਬਨ ਜਾਈਏ ਤਾਂ ਬਾਕੀ ਕੀ ਚਾਹੀਦਾ ਤੁਸੀਂ ਬ੍ਰਾਹਮਣ ਤਾਂ ਹੋ ਹੀ ਜਾਣਦੇ ਹੋ ਕਿ ਅਸੀਂ ਦੇਵਤਾ ਬਨ ਰਹੇ ਹਾਂ ਤਾਂ ਨਸ਼ਾ ਰਹਿੰਦਾ ਹੈ ਕਿ ਅਸੀਂ ਇਹ ਬਨ ਰਹੇ ਹਾਂ ਪਹਿਲੇ ਤਾਂ ਅਸੀਂ ਕਲਯੁਗ ਨਰਕ ਵਿੱਚ ਪਤਿਤ ਸੀ ਅਸੁਰ ਤੇ ਦੇਵਤਾਵਾਂ ਚ ਕਿੰਨਾ ਫਰਕ ਹੈ ਦੇਵਤਾਵਾਂ 바ਵਾ ਕਹਿੰਦੇ ਦੇਵੀ ਦੇਵਤੇ ਕਿੰਨੇ ਪਵਿੱਤਰ ਸੀ ਇੱਥੇ ਕਿੰਨੇ ਪਤਿਤ ਮਨੁਸ਼ੇ ਨੇ ਸ਼ਕਲ 바ਵਾ ਕਹਿੰਦੇ ਭਲ ਮਨੁਸ਼ੇ ਦੀ ਨਹੀਂ ਪਰੰਤੂ ਸੀਰਤ ਦੇਖੋ ਕਹਿੋ ਜੀ ਹੈ ਮਹਾਰਾਜ ਸਾਨੂੰ ਦੱਸਦੇ ਐ ਵੀ ਕਲਯੁਗ ਦੇ ਵਿੱਚ ਤੇ ਸਤਯੁਗ ਦੇ ਵਿੱਚ ਭਾਵੇਂ ਮਨੁਸ਼ੇ ਦੀ ਸ਼ਕਲ ਹੈਗੀ ਐ ਪਰੰਤੂ ਸੀਰਤ ਦੇਖੋ ਕਹਿੋ ਜੀ ਨਹੀਂ ਤੇ ਦੇਵਤਾਵਾਂ ਦੇ ਜੋ ਦੇਵਤਾਵਾਂ ਦੇ ਪੁਜਾਰੀ ਨੇ ਉਹ ਖੁਦ ਹੀ ਉਹਨਾਂ ਦੇ ਅੱਗੇ ਮਹਿਮਾ ਗਾਉਂਦੇ ਨੇ ਕਿ ਤੁਸੀਂ ਸਰਵਗੁਣ ਸੰਪਨ ਸਾਡੇ ਵਿੱਚ ਕੋਈ ਗੁਣ ਨਹੀਂ ਹੁਣ ਤੁਸੀਂ ਚੇਂਜ ਹੋ ਕੇ ਦੇਵਤਾ ਬਣੋਗੇ ਕ੍ਰਿਸ਼ਨ ਦੀ ਪੂਜਾ ਕਰਦੇ ਹੀ ਐਸ ਲਈ ਹਾਂ ਕਿ ਅਸੀਂ ਕ੍ਰਿਸ਼ਨਪੁਰੀ ਵਿੱਚ ਜਾਈਏ ਪਰੰਤੂ ਇਹ ਪਤਾ ਹੀ ਨਹੀਂ ਕਿ ਕਦੋਂ ਜਾਵਾਂਗੇ ਭਗਤੀ ਕਰਦੇ ਰਹਿਨੇ ਆ ਕਿ ਭਗਵਾਨ ਆ ਕੇ ਫਲ ਦੇਣਗੇ ਭਗਤੀ ਦਾ ਫਲ ਹੀ ਹੈ ਸਦਗਤੀ ਤਾਂ ਇਹ ਹੈ ਪੜਾਈ ਪਹਿਲੇ ਤਾਂ ਇਹ ਨਿਸ਼ਚੇ ਚਾਹੀਦਾ ਹੈ ਕਿ ਸਾਨੂੰ ਪੜ੍ਹਾਉਣ ਵਾਲਾ ਕੌਣ ਹੈ ਇਹ ਹੈ ਸ਼੍ਰੀ ਸ਼੍ਰੀ ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਸਾਨੂੰ ਸ਼੍ਰੀਮਤ ਦੇ ਰਿਹਾ ਹੈ ਜਿਹਨੂੰ ਇਹ ਪਤਾ ਹੀ ਨਹੀਂ ਉਹ ਸ੍ਰੇਸ਼ਟ ਕਿਵੇਂ ਬਣ ਸਕਦੇ ਹੈ ਅੱਜ ਕੱਲ ਤਾਂ ਇੱਕ ਦੋ ਨੂੰ ਭ੍ਰਸ਼ਟ ਬਨੰਦੀ ਮਤ ਦਿੰਦੇ ਹੈ ਭ੍ਰਸ਼ਟ ਮਤ ਹੈ ਆਸੂਰੀ ਮਤ ਐਨੇ ਸਭ ਬ੍ਰਾਹਮਣ ਸ਼੍ਰੀ ਸ਼੍ਰੀ ਸ਼ਿਵ ਬਾਬਾ ਦੀ ਮੱਤ ਤੇ ਚੱਲ ਰਹੇ ਨੇ ਪਰਮਾਤਮਾ ਦੀ ਮੱਤ ਨਾਲ ਹੀ ਸ੍ਰੇਸ਼ਟ ਬੰਦੇ ਹਾਂ ਜਿਨ੍ਹਾਂ ਦੀ ਤਕਦੀਰ ਵਿੱਚ ਹੋਏਗਾ ਉਹਨਾਂ ਦੀ ਬੁੱਧੀ ਵਿੱਚ ਹੀ ਬੈਠੇਗਾ ਨਹੀਂ ਤਾਂ ਕੁਛ ਸਮਝਣਗੇ ਨਹੀਂ ਜਦੋਂ ਸਮਝਣਗੇ ਉਦੋਂ ਖੁਦ ਹੀ ਮਦਦ ਕਰਨ ਲੱਗ ਪੈਣਗੇ ਕੋਈ ਤਾਂ ਜਾਣਦੀ ਨਹੀਂ ਕਿ ਇਹ ਕੌਣ ਨੇ ਐਸੇ ਲਈ ਬਾਬਾ ਕੋਈ ਨੂੰ ਮਿਲਦੇ ਵੀ ਨਹੀਂਗੇ ਇਹ ਤਾਂ ਔਰ ਹੀ ਆਪਦੀ ਆਸਰੀ ਮਤ ਕੱਢਣਗੇ ਹੁਣ ਸਭ ਮਨਮਤ ਤੇ ਹੀ ਚੱਲ ਰਹੇ ਨੇ ਸ਼੍ਰੀ ਮਤ ਨੂੰ ਨਾ ਜਾਣਨ ਦੇ ਕਾਰਨ ਬ੍ਰਹਮਾ ਬਾਪ ਨੂੰ ਵੀ ਆਪਦੀ ਮਤ ਦੇਣ ਲੱਗ ਜਾਂਦੇ ਨੇ ਹੁਣ ਬਾਪ ਤਾਂ ਆਇਆ ਨਹੀਂ ਤੁਸੀਂ ਬੱਚਿਆਂ ਨੂੰ ਸ੍ਰੇਸ਼ਟ ਬਣਾਣ ਤab ਹੁਣ ਬੱਚੇ ਕਹਿੰਦੇ ਨੇ ਕਿ ਬਾਬਾ 5000 ਵਰਸ਼ ਪਹਿਲੇ ਮੁਆਫਿਕ ਸਾਨੂੰ ਆ ਕੇ ਮਿਲਿਆ ਹੈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਉਹ ਕਿਵੇਂ ਰਿਸਪੌਂਸ ਦੇ ਸਕਣਗੇ ਤਾਂ ਬੱਚਿਆਂ ਨੂੰ ਪੜ੍ਹਾਈ ਦਾ ਬਹੁਤ ਨਸ਼ਾ ਚੜਨਾ ਚਾਹੀਦਾ ਹੈ ਇਹ ਬੜੀ ਉੱਚੀ ਪੜ੍ਹਾਈ ਹੈ ਪਰੰਤੂ ਮਾਇਆ ਵੀ ਬੜੀ ਅਗੇਂਸਟ ਅਗੇਂਸਟ ਹੈ ਤੁਸੀਂ ਜਾਣਦੇ ਹੋ ਅਸੀਂ ਇਹ ਪੜ੍ਹਾਈ ਪੜ੍ਹਦੇ ਹਾਂ ਜਿਦੇ ਨਾਲ ਸਾਡੇ ਸਿਰ ਉਤੇ ਡਬਲ ਤਾਜ ਹੋਣਾ ਹੈ ਭਵਿष्य ਜਨਮ ਜਨਮਾਂ ਤਰ ਡਬਲ ਤਾਜਦਾਰੀ ਬਣਾਗੇ ਤਾਂ ਉਹਦੇ ਲਈ ਫਿਰ ਇਹੋ ਜਾਂ પુરੁਸ਼ਾਰਥ ਵੀ ਕਰਨਾ ਚਾਹੀਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਰਾਜਯੋਗ ਕਿੰਨਾ ਵੰਡਰ ਹੈ بابا ਹਮੇਸ਼ਾ ਸਮਝਾਉਂਦੇ ਨੇ ਲక్ష్ਮੀ ਨਾਰਾਇਣ ਦੇ ਮੰਦਿਰ ਵਿੱਚ ਜਾਓ ਪੁਜਾਰੀ ਨੂੰ ਵੀ ਤੁਸੀਂ ਸਮਝਾ ਸਕਦੇ ਹੋ ਉਹਨਾਂ ਤੋਂ ਪੁੱਛੋ ਕਿ ਲక్ష్ਮੀ ਨਾਰੈਣ ਨੂੰ ਇਹ ਪਦ ਕਿਵੇਂ ਪਾਇਆ ਇਹ ਵਿਸ਼ਵ ਦੇ ਮਾਲਿਕ ਕਿਵੇਂ ਬਣੇ ਇਸ ਤਰ੍ਹਾਂ ਇਸ ਤਰ੍ਹਾਂ ਬੈਠ ਕਿਸੇ ਨੂੰ ਸੁਣਾਓ ਤਾਂ ਪੁਜਾਰੀ ਦਾ ਵੀ ਕਲਿਆਣ ਹੋ ਜਾਵੇ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤੁਹਾਨੂੰ ਸਮਝਾਨਿਆਂ ਐਨਾ ਲక్ష్ਮੀ ਨਾਰੈਣ ਦਾ ਰਾਜੇ ਕਿਵੇਂ ਮਿਲਿਆ ਗੀਤਾ ਵਿੱਚ ਵੀ ਭਗਵਾਨ ਨੂੰ ਬਾਚ ਹੈ ਨਾ ਕਿ ਮੈਂ ਤੁਹਾਨੂੰ ਰਾਜਯੋਗ ਸਿਖਾ ਕੇ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ ਤਾਂ ਬੱਚਿਆਂ ਨੂੰ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਇਹੇ ਬਣਦੇ ਹਾਂ ਭਲ ਆਪ ਦਾ ਚਿੱਤਰ ਤੇ ਰਾਜਾਈ ਦਾ ਚਿੱਤਰ ਵੀ ਨਾਲ ਕੱਢੋ ਨਿچے ਤੁਹਾਡਾ ਚਿੱਤਰ ਉੱਪਰ ਰਾਜਾਈ ਦਾ ਚਿੱਤਰ ਹੋਵੇ ਇਸ ਵਿੱਚ ਖਰਚਾ ਤਾਂ ਕੁਝ ਵੀ ਨਹੀਂ ਹੈਗਾ ਰਾਜਾਈ ਪੋਸ਼ਾਕ ਤਾਂ ਛੱਟ ਬਣ ਸਕਦੀ ਹੈ ਤੁਸੀਂ ਆਪਦੇ ਕੋਲ ਰੱਖ ਦੋ ਤੱਕੜੀ-ਕੜੀ ਯਾਦ ਆਂਦੀ ਰਹੂਗੀ ਕਿ ਅਸੀਂ ਸੋ ਦੇਵਤਾ ਬਣ ਰਹੇ ਹਾਂ ਉੱਪਰ ਵਿੱਚ ਭਲ ਸ਼ਿਵ बाबा ਹੋਵੇ ਇਹ ਸਭ ਚਿੱਤਰ ਕਢਾਲਨੇ ਹੋਣਗੇ ਅਸੀਂ ਮਨੁਸ਼ੀਏ ਤੋਂ ਦੇਵਤਾ ਬਣਦੇ ਹਾਂ ਇਹ ਸ਼ਰੀਰ ਛੱਡ ਅਸੀਂ ਜਾ ਕੇ ਦੇਵਤਾ ਬਣਾਂਗੇ ਕਿਉਂਕਿ ਇਹ ਰਾਜ ਯੋਗ ਕਿਉਂਕਿ ਅਸੀਂ ਰਾਜ ਯੋਗ ਸਿੱਖ ਰਹੇ ਹਾਂ ਤਾਂ ਇਹ ਫੋਟੋ ਮਦਦ ਕਰੂਗੀ ਉੱਪਰ ਵਿੱਚ ਸ਼ਿਵ ਫਿਰ ਰਾਜਾਈ ਚਿੱਤਰ niche ਤੁਹਾਡਾ ਸਾਧਾਰਨ ਚਿੱਤਰ ਸ਼ਿਵ बाबा ਨਾਲ ਸ਼ਿਵ बाबा ਤੋਂ ਅਸੀਂ ਰਾਯੋਗ ਸਿੱਖ ਕੇ ਡਬਲ ਸਿਰਤਾਜ ਧਾਰੀ ਦੇਵਤਾ ਬਣ ਰਹੇ ਹਾਂ ਚਿੱਤਰ ਰੱਖਿਆ ਹੋਏਗਾ ਕੋਈ ਨੂੰ ਵੀ ਪੁੱਛਾਂਗੇ ਤਾਂ ਛੱਟ ਦੱਸ ਸਕਣਗੇ ਕਿ ਸਾਨੂੰ ਸਿਖਾਉਣ ਵਾਲਾ ਸ਼ਿਵ बाबा ਹੈ ਚਿੱਤਰ ਦੇਖ ਬੱਚਿਆਂ ਨੂੰ ਨਸ਼ਾ ਚੜੂਗਾ ਭਲ ਦੁਕਾਨ ਵਿੱਚ ਵੀ ਇਹ ਚਿੱਤਰ ਰੱਖ ਦੋ 바ਵਾ ਕਹਿੰਦੇ ਵੀ ਅਗਰ ਤੁਸੀਂ ਆਪਦੀ ਦੁਕਾਨ ਕਰਦੇ ਹੋ ਤਾਂ ਦੁਕਾਨ ਦੇ ਅੰਦਰ ਵੀ ਤੁਸੀਂ ਆਪਦਾ ਇਹ ਚਿੱਤਰ ਰੱਖ ਦੋ ਭਗਤੀ ਮਾਰਗ ਵਿੱਚ ਬਾਬਾ ਨਾਰਾਇਣ ਦਾ ਚਿੱਤਰ ਰੱਖਦਾ ਸੀ ਪੌਕੇਟ ਵਿੱਚ ਵੀ ਰਹਿੰਦਾ ਸੀ ਤੁਸੀਂ ਵੀ ਆਪਦਾ ਫੋਟੋ ਰੱਖ ਦੋ ਤਾਂ ਯਾਦ ਰਊਗਾ ਕਿ ਅਸੀਂ ਸੋ ਦੇਵੀ ਦੇਵਤਾ ਬਣ ਰਹੇ ਹਾਂ ਬਾਪ ਨੂੰ ਯਾਦ ਕਰਨ ਦਾ ਉਪਾਏ ਲੱਭਣਾ ਚਾਹੀਦਾ ਬਾਪ ਦੀ ਯਾਦ ਭੁੱਲ ਜਾਣ ਨਾਲ ਹੀ ਗਿਰਦੇ ਨੇ ਵਿਕਾਰ ਵਿੱਚ ਗਿਰਾਂਗੇ ਤਾਂ ਫਿਰ ਹੋਰ ਹੀ ਸ਼ਰਮ ਆਊਗੀ ਕਿ ਹੁਣ ਅਸੀਂ ਦੇਵਤਾ ਬਣ ਨਹੀਂ ਸਕਦੇ ਹਾਰਟਫੇਲ ਹੋ ਜਾਵਾਂਗੇ ਕਿ ਅਸੀਂ ਹੁਣ ਦੇਵਤਾ ਕਿਵੇਂ ਬਣੀਏ ਬਾਬਾ ਕਹਿੰਦੇ ਨੇ ਕਿ ਵਿਕਾਰ ਵਿੱਚ ਗਿਰਨ ਵਾਲੇ ਦਾ ਫੋਟੋ ਕੱਢ ਦੋ ਬੋਲੋ ਤੁਸੀਂ ਸਵਰਗ ਵਿੱਚ ਚੱਲਣ ਦੇ ਲਾਇਕ ਹੀ ਨਹੀਂ ਹੈਗੇ ਹੋ ਤੁਹਾਡਾ ਪਾਸਪੋਰਟ ਖਲਾਸ ਖੁਦ ਵੀ ਫੀਲ ਕਰਨਗੇ ਅਸੀਂ ਤਾਂ ਗਿਰ ਗਏ ਹੁਣ ਸਵਰਗ ਵਿੱਚ ਕਿਵੇਂ ਜਾਈਏ ਜਿਵੇਂ 바ਵਾ ਨਾਰਦ ਦਾ ਮਿਸਾਲ ਦਿੰਦੇ ਆ ਨਾ ਉਹਨੂੰ ਕਹਾ ਕਿ ਆਪਦੀ ਸ਼ਕਲ ਤਾਂ ਦੇਖੋ ਲక్ష్ਮੀ ਨੂੰ ਵਰਨ ਦੇ ਲਾਇਕ ਬਨੇ ਹਾਂ ਤਾਂ ਸ਼ਕਲ ਬੰਦਰ ਦੀ ਦਿਖਾਈ ਪਏਗੀ ਤਾਂ ਮਨੁष्य ਨੂੰ ਸ਼ਰਮ ਆਏਗੀ ਕਿ ਸਾਡੇ ਵਿੱਚ ਤਾਂ ਇਹ ਵਿਕਾਰ ਨੇ ਤਾ ਅਸੀਂ ਲక్ష్ਮੀ ਨਰੈਨ ਨੂੰ ਕਿਵੇਂ ਵਾਰ ਸਕਦੇ ਹਾਂ ਬਾਬਾ ਉਪਤਿਆ ਤਾਂ ਬਹੁਤ ਦੱਸਦੇ ਐ ਪਰੰਤੂ ਕੋਈ ਵਿਸ਼ਵਾਸ ਵੀ ਰੱਖੇ ਨਾ ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਯਾਰ ਪਿਆਰ ਗੁੱਡ ਮਾਰਨਿੰਗ ਤੇ ਨਮਸਤੇ ਸ਼ੁਕਰੀਆ بابا ਸ਼ੁਕਰੀਆ ਧਾਰਨਾ ਦੇ ਲਈ ਮੁੱਖਿਆਸਾਰ ਹੈ ਪਹਿਲਾ ਹੈ ਹਰ ਇੱਕ ਦੇ ਪ੍ਰਤੀ ਸ਼ੁਭ ਭਾਵਨਾ ਰੱਖਣੀ ਹੈ بابا ਕਹਿੰਦੇ ਹਰ ਇੱਕ ਦੇ ਪ੍ਰਤੀ ਕੀ ਰੱਖਣੀ ਹੈ ਸ਼ੁਭ ਭਾਵਨਾ ਰੱਖਣੀ ਹੈ ਸਾਰਿਆਂ ਨੂੰ ਸੱਚਾ ਮਾਨ ਦੇਣਾ ਹੈ ਸਤਿਯੁਗੀ ਰਾਜਤਾਨੀ ਵਿੱਚ ਉੱਚ ਪੱਧ ਪਾਉਣ ਦੇ ਲਈ ਤਦਬੀਰ ਕਰਨੀ ਹੈ ਦੂਸਰਾ ਹੈ ਆਤਮ ਬਿਮਾਨੀ ਬਨੰਦੀ ਮਿਹਨਤ ਕਰਨੀ ਹੈ ਮਾਨਵ ਮਤ ਛੱਡ ਇੱਕ ਹੀ ਸ਼੍ਰੀ ਮਤ ਉਤੇ ਚੱਲਣਾ ਹੈ ਪੜਾਈ ਦੇ ਨਸ਼ੇ ਵਿੱਚ ਰਹਿਣਾ ਹੈ ਵਰਦਾਨ ਹੈ ਰਿਗਾਰਡ ਦੇਣ ਦਾ ਰਿਕਾਰਡ ਠੀਕ ਰੱਖ ਖੁਸ਼ੀ ਦਾ ਮਹਾਦਾਨ ਕਰਨ ਵਾਲੇ ਪੁੰਨਿਆ ਆਤਮਾ ਭਵ ਭਾਵਾ ਕਹਿੰਦੇ ਰਿਗਾਰਡ ਦੇਣ ਦਾ ਰਿਕਾਰਡ ਠੀਕ ਰੱਖ ਖੁਸ਼ੀ ਦਾ ਮਹਾਦਾਨ ਕਰਨ ਵਾਲੇ ਪੁੰਨਿਆ ਆਤਮਾ ਭਵ ਵਰਤਮਾਨ ਸਮੇਂ ਚਾਰੋਂ ਓਰ ਹਰੀ ਗਾੜ ਦੇਣ ਦਾ ਰਿਕਾਰਡ ਠੀਕ ਕਰਨ ਦੀ ਜ਼ਰੂਰਤ ਹੈ ਬਾਬਾ ਕਹਿੰਦੇ ਵਰਤਮਾਨ ਸਮੇਂ ਸਾਨੂੰ ਚਾਰੋਂ ਔਰ ਰਿਗਾਰਡ ਦੇਣ ਦਾ ਰਿਕਾਰਡ ਠੀਕ ਕਰਨ ਦੀ ਲੋੜ ਹੈ ਇਹ ਰਿਕਾਰਡ ਫਿਰ ਚਾਰੋਂ ਔਰ ਵੱਜੇਗਾ ਰਿਗਾਰਡ ਦਵਾਂਗੇ ਤਾਂ ਰਿਗਾਰਡ ਮਿਲੇਗਾ ਛੋਟੇ ਨੂੰ ਵੀ ਰਿਗਾਰਡ ਦੋ ਤੇ ਵੱਡਿਆਂ ਨੂੰ ਵੀ ਰਿਗਾਰਡ ਦੋ ਇਹ ਰਿਗਾਰਡ ਦਾ ਰਿਕਾਰਡ ਹੁਣ ਕੱਢਣਾ ਚਾਹੀਦਾ ਤਾ ਖੁਸ਼ੀ ਦਾ ਦਾਨ ਕਰਨ ਵਾਲੇ ਮਹਾਦਾਨੀ ਪੁੰਨਿਆਤਮਾ ਬਣਾਂਗੇ ਕਿਸੇ ਨੂੰ ਰਿਗਾਰਡ ਦੇ ਕੇ ਖੁਸ਼ ਕਰ ਦੇਣਾ ਇਹ ਵੱਡੇ ਤੇ ਵੱਡਾ ਪੁੰਨੇ ਦਾ ਕੰਮ ਹੈ ਸੇਵਾ ਹੈ ਸਲੋਗਨ ਹੈ ਹਰ ਕੜੀ ਨੂੰ ਅੰਤਿਮ ਕੜੀ ਸਮਝ ਕੇ ਚੱਲੋ ਤਾਂ ਐਵਰ ਰੈਡੀ ਰਵਾਂਗੇ ਮਾਵਾ ਕਹਿੰਦੇ ਹਰ ਕੜੀ ਨੂੰ ਆਪਦੀ ਅੰਤਿਮ ਕੜੀ ਸਮਝ ਕੇ ਚੱਲਾਂਗੇ ਤਾਂ ਕੀ ਰਵਾਂਗੇ ਐਵਰ ਰੈਡੀ ਰਵਾਂਗੇ ਮਨਾ ਆਪਾਂ ਇਸ ਦੁਨੀਆ ਤੋਂ ਜਾਣ ਵਾਸਤੇ ਫਿਰ ਜਲਦੀ ਤਿਆਰ ਹੋ ਜਾਾਂਗੇ ਅੱਛਾ ਓਮ ਸ਼ਾਂਤੀ